ਹੁਸ਼ਿਆਰਪੁਰ ਦੇ ਪਿੰਡ ਬਰਾਂਡਾ ਵਿਖੇ ਸਰਬਸੰਮਤੀ ਨਾਲ ਚੁਣੇ ਗਏ ਇੱਕ ਪੰਚ ਨਾਲ ਪਿੰਡ ਦੇ ਹੀ ਵਿਅਕਤੀਆਂ ਵੱਲੋਂ ਮਾਰ ਕੁਟਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਏ। ਜਾਣਕਾਰੀ ਮੁਤਾਬਕ ਪੁਲਿਸ ਨੇ ਦੋ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਦੋਸ਼ੀਆਂ ਦੇ ਖਿਲਾਫ਼ ਗ੍ਰਿਫਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਏ। ਥਾਂ ਦੇ ਵਿੱਚ ਆਪਣੇ 'ਚ ਕਰ ਦਿੱਤਾ, ਬਾਕੀ ਸਾਰੇ ਅੱਗ ਬੜੀ ਉਹ ਠੰਡ ਸੀ, ਅੱਗ ਸੇਕਦੇ ਸੀ, ਸਾਰੇ ਉੱਠ ਕੇ ਚਲ ਗਏ। ਮੈਂ ਕਿਹਾ ਵੀ ਚਲੋ ਅੱਗ ਲੱਗੀ ਆ, ਇਹ ਧੂੰਈਂ ਸੇਕਦੇ ਸੀ ਤਾਂ ਉੱਥੇ ਲੱਗ ਗਏ ਬਾਲਣ ਹੋਰ ਵੀ ਸੀ, ਇਹ ਸਾਰਾ ਜਲ ਨਾ ਜਾਏ ਕਿਤੇ, ਸਾਰਾ ਕਿਤੇ ਅੱਗੇ ਨਾ ਲੱਗ ਜਾਏ, ਮੈਂ ਬਾਅਦ 'ਚ ਜਾਵਾਂਗਾ। ਹੈ ਅਤੇ ਉਹ ਤਦ ਨੂੰ ਸਾਰੇ ਚਲ ਗਏ ਤਾਂ ਮਗਰੋਂ ਦੋ ਬੰਦੇ ਆ ਪਏ, ਉਹਨੇ ਭੈਣ ਸਿਰ ਦੇ ਵਿੱਚ ਮੇਰੇ ਨੂੰ ਪਤਾ ਨਹੀਂ ਉਹ ਕੀ ਸਰੀਆ ਜਿਹਾ ਨਲਕੇ ਦੀ ਹਥੜਾ ਜਿਹਾ ਉਹ ਮਾਰਿਆ, ਮੈਨੂੰ ਤਾਂ ਹੋਸ਼ ਨਹੀਂ ਰਹੀ। ਫਿਰ ਮੇਰੇ ਇੱਥੇ ਬੱਖੀ ਦੇ ਵਿੱਚ ਵੀ ਡੰਡਾ ਮਾਰਿਆ, ਫਿਰ ਮੈਨੂੰ ਸੁੱਟ ਗਿਆ ਭੈਣ 'ਚ ਮਾਰ ਕੇ, ਕਹਿੰਦੇ ਚੀਕਾਂ ਮਾਰਦੇ ਚਲ ਗਿਆ, ਪੈਸੇ ਉਹਦਾ ਕੰਮ ਕਰਿਆ ਪਿੰਡ ਦੇ ਵਿੱਚ। ਉਹਦਾ ਪੇ ਪੰਚ ਸੀ, ਹਾਂ ਉਹਦਾ ਪੇ ਪੰਚ ਸੀ, ਤਾਂ ਮੈਨੂੰ ਪੰਚ ਨੇ ਉਸ ਮੁਹੱਲੇ 'ਚ ਵਾਰਡ ਨੰਬਰ 1 ਦੇ ਵਿੱਚ ਲੈ ਲਿਆ ਸਰ। ਗੱਲ ਆ ਹੋਈ ਆ, ਪੰਚੀ ਕਰਕੇ ਹੋਈ, ਫਿਰ ਉਹਦਾ ਪੇ ਜੀ ਪੰਚ ਸੀ, ਮੈਨੂੰ ਜੀ ਚੁਣ ਲਿਆ ਗਿਆ, ਮੈਨੂੰ ਸਰਬਸੰਮਤੀ ਨਾਲ ਵਾਰਡ ਨੰਬਰ 1 ਸਾਡੀ ਸਾਰੇ ਵਾਰਡਾਂ ਸਰਬਸੰਮਤੀ ਹੋ ਗਈ। ਉਹ ਕਹਿੰਦੇ ਵੀ ਅਸੀਂ ਇੱਕ ਪੰਜ ਦਾ ਲੈ ਲਿਆ ਮੁੰਡਾ ਦਾ, ਕਹਿੰਦਾ ਬਾਕੀਆਂ ਨੂੰ ਵੀ ਲੈ ਲਵਾਂਗਾ। ਉਹਦੇ ਕੱਖ ਨਹੀਂ ਹੋਇਆ, ਆਪਣੇ ਘਰ ਵਿੱਚ ਧੂੰਈਂ ਸੇਕਦਾ ਸੀਗਾ, ਧੂੰਈਂ ਸੇਕਦੇ ਸਾਰੇ ਕਿਤੇ ਬਾਹਰੋਂ ਕਿਤੇ ਖਾ ਪੀ ਕੇ ਅੰਬਲ ਖਾਂਦਾ, ਇਹ ਅੰਬਲ ਖਾ ਖੂ ਕੇ ਤਾਂ ਕਿਤੇ ਇਹ ਦਿਮਾਗ ਜਿਹਾ ਕੁੱਤਿਆ ਕਿਹਾ ਹੁੰਦਾ, ਕਿਸੇ ਨੂੰ ਵੱਢਣਾ ਹੁੰਦਾ, ਇਹਦੇ ਹੱਥੇ ਤੋਂ ਤੁਰੇ ਤੁਰੇ ਜਾਂਦੇ ਨਾ, ਆ ਕੇ ਦੇਖਿਆ ਇਕੱਲਾ ਬੰਦਾ ਹੈਗਾ, ਆ ਕੇ ਨਾ ਇੱਕਦਮ ਆ ਕੇ ਉਹਦੇ 'ਤੇ ਹੈਂਡਲ ਜਿਹਾ ਮਾਰਿਆ ਨਾਕੇ ਦਾ, ਨਾਕੇ ਦਾ ਹੈਂਡਲ ਮਾਰ ਕੇ ਉਹਨੂੰ ਗੈਲ ਕਰ ਦਿੱਤਾ, ਧੂੰਈਂ ਦੇ ਵਿੱਚ ਸੁੱਟ ਦਿੱਤਾ। ਜੇ ਉਹ ਫਿਰ ਕਹਿੰਦਾ ਕਿ ਇਹ ਤੁਹਾਡਾ ਬੰਦਾ ਮਾਰ ਕੇ ਅਸੀਂ ਆ ਗਏ ਹਾਂ, ਜੋ ਕਰਨਾ ਕਰ ਲਓ, ਅਤੇ ਉਹਦੇ ਬਾਅਦ ਵੀ ਸਾਨੂੰ ਪਤਾ ਜੇ ਇਹ ਨਾ ਰੋ ਹੀ ਪਾਉਂਦਾ ਅਤੇ ਇਹ ਬੰਦਾ ਸਾਡਾ ਮਾਰਿਆ ਜਾਣਾ ਸੀਗਾ, ਨਾ ਇਹਦਾ ਫਿਰ ਮਰਿਆ ਕੱਢਣਾ ਸੀ ਧੂੰਈਂ ਵਿੱਚੋਂ। ਇੱਦਾਂ ਕਿਉਂ ਕੀਤੀ? ਜਿੱਦਾਂ ਕਿ ਨਸ਼ਾ ਖਾਂਦਾ ਸੀ, ਕੀ ਖਾ ਚੋਣਾਂ ਨੂੰ ਖਿਲਾ ਕੇ, ਉਹ ਕਹਿੰਦਾ ਤੇਰਾ ਤੇਰਾ ਪੈਂਚੇ ਕੱਢੀਏ ਪਹਿਲਾਂ, ਫਿਰ ਬਾਅਦ 'ਚ ਸਰਪੰਚ ਲਵਾਂਗੇ, ਪਹਿਲਾਂ ਪੈਂਚਾਂ ਨੂੰ ਲੈਣਾ ਮੈਂ। ਇਹ ਪਿੰਡ ਵਿੱਚ ਜੀ ਆਪਣੇ ਇਹਨੂੰ ਜਿਹੜਾ ਸੀਗਾ ਨਾ ਰਤਨ ਸਿੰਘ, ਇਹਨੂੰ ਸਰਬਸੰਮਤੀ ਨਾਲ ਚੁਣ ਲਿਆ ਸੀ ਪਿੰਡ ਦੇ ਲੋਕਾਂ ਨਾਲ ਪੰਚ, ਅਤੇ ਇਹ ਜਿਹੜਾ ਮੁੰਡਾ ਰਵੀ ਸੀਗਾ ਇਹਨੇ ਇਸ ਗੱਲ ਦਾ ਵਿਰੋਧ ਕੀਤਾ, ਅਤੇ ਸ਼ਾਮ ਨੂੰ 6:30 ਵਜੇ ਇਹ ਜਿਹੜਾ ਰਤਨ ਸਿੰਘ ਸੀਗਾ ਆਪਣੇ ਹਵੇਲੀ ਦੇ ਅੰਦਰ ਅੱਗ ਬਾਲ ਕੇ ਧੂਣੀ ਸੇਕ ਰਿਹਾ ਸੀਗਾ, ਅਤੇ ਰਵੀ ਅਤੇ ਨਾਲ ਇਹਦੇ ਕਮਾਮੇ ਦਾ ਮੁੰਡਾ ਸੀਗਾ ਬਿੱਲਾ, ਇਹ ਦੋਨੇ ਜਣੇ ਆਏ ਆ ਘਰ ਉਹਦੇ ਹਵੇਲੀ ਅੰਦਰ ਆ ਕੇ ਸੱਟਾਂ ਮਾਰੀਆਂ ਉਹਦੇ, ਅਤੇ ਇਹ ਫਿਰ ਜਦੋਂ ਸੱਟਾਂ ਲੱਗੀਆਂ ਤਾਂ ਬੇਹੋਸ਼ ਹੋ ਕੇ ਅੱਗ 'ਚ ਡਿੱਪਿਆ, ਅਤੇ ਅੱਗ ਨਾਲ ਇਹਦੀ ਇੱਕ ਬਾਂਹ ਅਤੇ ਇੱਕ ਬੱਖੀ ਇੱਥੇ ਝੁਲਸ ਗਈ ਅੱਗ ਵਿੱਚ। ਅਤੇ ਅਸੀਂ ਜੀ ਆਪਣੇ ਬਣਦੀ ਕਾਰਵਾਈ ਜਿਹੜੀ ਸੀਗੀ ਮੁਤਾਬਕ ਜੋ ਸਾਨੂੰ MLR ਕੱਟ ਕੇ ਸੀ ਡਾਕਟਰ ਸਾਹਿਬ ਵੱਲੋਂ, ਉਹਦੇ ਮੁਤਾਬਕ 452 ਅਤੇ 324 IPC ਤਹਿਤ ਮੁਕੱਦਮਾ ਦਰਜ ਕਰਤਾ ਜੀ। ਹਾਂਜੀ, ਉਹਨਾਂ ਦੇ ਘਰ ਜੀ ਆਪਾਂ ਨੇ ਰੇਡ ਕੀਤੇ ਜਾ ਰਹੇ ਆ ਵੱਖ ਵੱਖ ਥਾਵਾਂ 'ਤੇ, ਜਦੋਂ ਸਾਡੇ ਹੱਥ ਕਾਬੂ ਆ ਗਏ ਅਤੇ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਊਗੀ।